ਠੀਕ ਹੈ ਨਹੀਂ ਉਹ ਆਪਣਾ ਗੋਲੀ ਮਾਰ ਲਵਾ ਝੂਠਾ ਨਹੀਂ ਚੀਮਾ ਦਾ ਵੀ ਚੀਮਾ ਵੀ ਗੋਲੀ ਮਾਰ ਲਵਾ ਜਿਹੜੀ ਦੀ ਸਪੋਰਟ ਕਰਦਾ ਜਿਹੜਾ ਹੋਰ ਕਰਦਾ ਉਹ ਵੀ ਮਾਰ ਲਵਾ ਨਹੀਂ ਮੈਂ ਮਾਰ ਲਾਂਗਾ ਜੇ ਮੈਂ ਪੈਸੇ ਲਵੇ ਜਵੇਂਦਰ ਤੇ ਪ੍ਰਿਕ ਵੀਡੀਓ ਹੋਰ ਆਉਂਦੀ ਹੈ ਸਾਹਮਣੇ ਤੁਹਾਡੇ ਪੀਏ ਦੀ ਉਹ ਇਹ ਕਹਿ ਰਿਹਾ ਵੀ ਮੈਂ ਮਜਬੂਰ ਆ ਯਾਰ ਮੈਂ ਮਜਬੂਰ ਆ ਉਹ ਕਿਸ ਗੱਲ ਦੀ ਮਜਬੂਰੀ ਦੀ ਗੱਲ ਕੀਤੀ ਜਾ ਰਹੀ ਕਸਮਾ ਖਾਣ ਲੇ ਚੀਮਾ ਕ੍ਰਾਫਟ ਨਹੀਂ ਹੈਗਾ ਚੀਮਾ ਸਭ ਤੋਂ ਵੱਡਾ ਡਕਾਇਤ ਆ ਕਾਲੀ ਦਾਦਾ ਮੂੰਹ ਕਾਲਾ ਕਰਿਆ ਇਸ ਬੰਦੇ ਨੇ आम आदमी पार्टी ਦੇ ਉੱਪਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਧਵਾ ਤੇ ਹਮਲੇ ਤੋਂ ਬਾਅਦ ਇਹ ਮਸਲਾ ਪੱਕਦਾ ਹੀ ਜਾ ਰਿਹਾ ਹੈ ਇਸ ਨੂੰ ਸਿਆਸਤੀ ਰੰਗ ਵੀ ਦਿੱਤਾ ਜਾ ਚੁੱਕਾ ਹੈ ਕਿਉਂਕਿ ਇਲਜ਼ਾਮ ਬਾਜ਼ੀਆਂ ਦੂਸ਼ਣ ਬਾਜ਼ੀਆਂ ਇੱਕ ਦੂਜੇ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਵੀ ਗੱਲਾਂ ਆ ਰਹੀਆਂ ਨੇ ਕਿ ਇਹ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਜਾਂ ਕਾਂਗਰਸ ਦਾ ਵੀ ਨਾਮ ਲਿਆ ਜਾ ਰਿਹਾ ਹੈ ਸਿੱਧੇ ਤੌਰ ਤੇ ਵੀ ਉਹਨਾਂ ਦੇ ਵੱਲੋਂ ਇਹ ਸਭ ਕੁਝ ਇੱਕ ਸਾਜ਼ਿ ਦੇ ਤਹਿਤ ਕਰਵਾਇਆ ਗਿਆ ਪਰ ਅਮਰਜੀਤ ਸਿੰਘ ਸੰਧਵਾ ਇਸ ਵੇਲੇ ਸਾਡੇ ਨਾਲ ਨੇ ਉਹਨਾਂ ਦਾ ਇਸ ਮੁੱਦੇ ਤੇ ਕੀ ਕਹਿਣਾ ਹੈ ਕਿਵੇਂ ਹਮਲਾ ਹੁੰਦਾ ਉਹ ਸਾਰੀ ਗੱਲਬਾਤ ਕਰਦੇ ਆ ਸੰਧਵਾ ਸਾਹਿਬ ਤੁਸੀਂ ਜਾਣਦੇ ਹੋ ਛਾਪਾ ਮਾਰੀ ਕਰਨ ਦੇ ਲਈ ਕਿਸ ਗੱਲ ਨੂੰ ਲੈ ਕੇ ਝੜਪ ਹੁੰਦੀ ਹੈ ਦੇਖੋ ਕੋਈ ਗੱਲ ਝੜਪਦੀ ਨਹੀਂ ਹੋਈ ਹੈ ਨਾ ਅਸੀਂ ਕੋਈ ਉਹਦੀ ਗੱਡੀ ਫੜਾਈ ਨਾ ਕੋਈ ਮਸ਼ੀਨ ਫੜਾਇਆ ਮੀਡੀਆ ਵਾਲੇ ਕੈਮਰੇ ਲੈ ਕੇ ਗਏ ਆ ਇਹਨਾਂ ਉਹਨਾਂ ਨੇ ਉੱਥੇ ਸਾਰਾ ਆਉਣੇ ਫੋਟੋ ਫੋਟੋ ਖਿੱਚੀਆਂ ਮੇ ਤੋਂ ਵਾਈਟ ਲਈ ਹੈ ਉਹ ਦਿਵਾ ਕੇ ਉਵੇਂ ਨਾ ਤੋਂ ਪਾਈ ਹੋਗੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਵਾਪਿਸ ਆ ਜਾਂਦੇ ਹੋ ਵੀਡੀਓ ਦੇਖੀ ਜਾਂਦੀਆਂ ਚਲੋ ਉਹ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਵਾਂ ਪਰ ਇੱਕ ਵੀਡੀਓ ਹੋਰ ਆਉਂਦੀ ਹੈ ਸਾਹਮਣੇ ਤੁਹਾਡੇ ਪੀਏ ਦੀ ਉਹ ਇਹ ਕਹਿ ਰਿਹਾ ਵੀ ਮੈਂ ਮਜਬੂਰ ਆ ਯਾਰ ਮੈਂ ਮਜਬੂਰ ਆ ਉਹ ਕਿਸ ਗੱਲ ਦੀ ਮਜਬੂਰੀ ਦੀ ਗੱਲ ਕੀਤੀ ਜਾ ਰਹੀ ਅਜਮਿੰਦਰ ਉਹਨੂੰ ਫੋਨ ਕਰਦਾ ਉਹ ਤੁਹਾਨੂੰ ਦੱਸਿਆ ਕਿਉਂ ਨਹੀਂ ਆ ਫੋਨ ਚੱਕਦਾ ਕਿਉਂ ਨਹੀਂ ਤੂੰ ਉਹ ਕਹਿੰਦਾ ਮੈਂ ਨਹੀਂ ਪਹੁੰਚ ਕਣ ਮੈਂ ਉਹਨੂੰ ਕਿਹਾਦਾ ਫੋਨ ਨਹੀਂ ਚੱਕਣਾ ਕਿਸੇ ਦਾ ਅਸੀਂ ਆਪਣਾ ਕੰਮ ਕਰਨ ਆਏ ਆ ਅਸੀਂ ਕਿਹਨਾਂ ਕਿਆ ਗੱਲ ਕਰਨੀ ਅਸੀਂ ਆਪਣਾ ਵਾਪਸ ਮੁੜ ਕੇ ਉੱਥੋਂ ਚੱਕ ਕੇ ਇਸ ਕਰਕੇ ਆਉਂਗਾ ਜਾਂ ਉਹਨੂੰ ਕੁੱਟਦੇ ਮਾਰਦੇ ਹੋਣੇ ਐ ਤੇ ਤੂੰ ਫੋਨ ਕਿਉਂ ਨਹੀਂ ਚੱਕ ਨੇ ਜਾਂ ਫਿਰ ਗੱਲ ਇਹ ਸਾਹਮਣੇ ਆ ਰਹੀ ਹੈ ਵੀ ਅਜਵਿੰਦਰ ਜਿਹੜੇ ਹੈਗੇ ਨੇ ਉਹ ਤੁਹਾਡੇ ਨਾਲ ਦੋਸਤੀ ਸਬੰਧ ਰੇ ਨੇ ਉਹਨਾਂ ਦੇ ਔਰ ਤੁਹਾਡੇ ਨਾਲ ਕੁਝ ਫੋਟੋਆਂ ਵੀ ਵਾਇਰਲ ਕੀਤੀਆਂ ਜਾ ਚੁੱਕੀਆਂ ਨੇ ਮੈਂ ਇਹ ਗੱਲ ਕਹਿੰਦਾ ਅਗਰ ਅਜਵਿੰਦਰ ਸਿੰਘ ਆਪਣੇ ਮੂੰਹ ਕਹਿੰਦਾ ਕਿ ਅਮਰਜੀਤ ਸੰਧੋਏ ਨਾਲ ਉਹ ਤੇ 5 ਲੱਖ ਰੁਪਏ ਲੈ ਆਇਆ ਇਹ 5 ਲੱਖ ਉਹ ਤੇ ਹੋਰ ਮੰਗ ਕਰਦਾ ਹੈ ਅਮਰਜੀਤ ਸੰਧੋਏ ਦਾ ਗੋਲੀ ਮੱਥੇ 'ਚ ਮਾਰ ਦਿੱਤੀ ਜਾਵਾ ਨਹੀਂ ਉਹਦਾ ਸਪੋਰਟਰ ਚੀਮਾ ਹੈ ਤਿੰਨਾਂ ਨੇ ਕਸਮ ਨਹੀਂ ਜੇ ਚੀਮਾ ਨਹੀਂ ਇਹ ਤਾਂ ਚੀਮੇ ਦਾ ਗੋਲੀ ਮਾਰ ਲਵਾ ਮੱਥੇ 'ਚ ਆਪਣੇ 'ਚ ਨਹੀਂ ਜਵਿੰਦਰ ਮਾਰ ਲਵਾ ਮੈਂ ਤਾਂ ਇਹਦੇ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਕਸਮਾਂ ਖਾਣ ਲੇ ਕੇ ਚੀਮਾ ਕਰਾਫਟ ਨਹੀਂ ਹੈਗਾ। ਚੀਮਾ ਸਭ ਤੋਂ ਵੱਡਾ ਡਕਾਇਤਾ ਅਕਾਲੀ ਦਾ ਦਾ ਮੂੰਹ ਕਾਲਾ ਕਰਿਆ ਇਸ ਬੰਦੇ ਨਾਲ। ਬਦਲੀਆਂ 'ਚ ਪੈਸੇ। ਰੂਪਰ ਤੋਂ ਨੂਰਪੁਰੇ ਦੀ ਸੜਕ ਦੇ ਲੱਕੜੀ ਦੇ ਪੈਸੇ ਸਾਰੇ ਖਾ ਗਿਆ। ਸਾਰੇ ਤੇ ਜਾਰਾ ਮੈਨਿੰਗ ਇਹਨਾਂ ਕਰਵਾਈ ਇਸ ਬੰਦੇ ਨਾਲ। ਠੀਕ ਹੈ ਜੀ। ਇੱਕ ਹੋਰ ਕੋਈ ਟੈਂਡਰ ਹੋਇਆ ਸੀ ਪਾਣੀਆਂ ਦਾ। 45 ਪਿੰਡਾਂ ਦਾ। ਉਹਦੇ ਵਿੱਚੋ ਵੀ ਲੜਾਇਆ ਲੜਾਇਆ ਹੋਏ ਰੱਖੜੇ ਮੰਤਰੀ ਨਾਲ ਕਿ ਮੇਰੇ ਮੈਨੂ ਦੇ ਟੈਂਡਰ। ਇਹਨਾਂ ਦਾ ਕਰਾਪਟ ਬੰਦਾ ਹੈ। ਸਭ ਤੋਂ ਮਾੜਾ ਦੇ ਘਟਿਆ ਬੰਦਾ ਚੀਮਾ ਹੈ। ਇਹ ਹੁਣ ਵੀ ਚੀਮਾ ਇਤਨੇ ਕਿਤੇ ਕਿਹਾ ਜਾ ਸਕਦਾ ਹੈ ਵੀ ਸ਼ੁਰੂਆਤ ਹੀ ਚੀਮੇ ਨੇ ਸਾਜ਼ਿਸ਼ ਦੇ ਤਹਿਤ ਕਰਵਾਈ ਹੈ ਜਾਂ ਫਿਰ ਉਤੋਂ ਬਾਅਦ ਸਾਜ਼ਿਸ਼ ਜਿਹੜੀ ਹੈਗੀ ਜਾਂ ਫਿਰ ਜੋ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਚੀਮੇ 'ਤੇ ਇਲਜ਼ਾਮ ਲਗਾਉਂਦੇ ਹੋ ਤੁਸੀਂ ਸਰ ਮੈਂ ਨਹੀਂ ਗੱਲ ਕਹਿੰਦਾ ਪਰ ਚੀਮਾ ਹੁਣ ਸਿੱਧਾ ਉੱਤਰਿਆ ਹੈ ਨਾ ਸਾਡੇ ਖਿਲਾਫ ਵੀ ਉਹ ਕਰਦੇ ਮੈਂ ਨਹੀਂ ਕਿਸੇ ਬਿਲ ਇਲਜ਼ਾਮ ਲਾਣਾ ਚਾਹੁੰਦਾ ਤਾਂ ਪਰ ਜਦੋਂ ਕਹਿੰਦਾ ਵੀ ਅਮਰਜੀਤ ਕ੍ਰਾਫਟ ਹੈ ਮੈਂ ਕਹਿੰਦਾ ਚੀਮਾ ਕ੍ਰਾਫਟ ਹੈ ਸਭ ਤੇ ਘਟਿਆ ਨਕਮਾ ਚੋਰ ਇਹਦੇ ਬਾਰੇ ਕੋਈ ਨਹੀਂ ਕਾਲੀਦਲ ਦਾ ਮੂੰਹ ਕਾਲਾ ਕਰਿਆ ਕਲਰਕ ਬੰਦਾ ਹੈ ਇਹ ਕੋਈ ਲੀਡਰ ਬਣਨ ਦੇ ਲਾਇਕ ਨਹੀਂ ਹੈ ਕਲਰਕਾਂ ਵਾਲੇ ਕੰਮ ਕਰਦਾ ਕਲਰਕਾਂ ਦਾ ਪੈਸੇ ਲੈਣੇ ਉਹਦੀ ਕਲਰਕੀ ਕਰਦਾ ਹੈ ਇਸ ਕਰਕੇ ਠੀਕ ਹੈ ਜੀ ਬਾਕੀ ਅਸੀਂ ਸੱਚਾਈ ਸਾਹਮਣੇ ਲਿਆਵਾਂਗੇ ਕੌਣ ਦਾ ਪਿੱਛਾ ਹੈ ਉਹ ਸਾਡੇ ਕੋਲ ਸਬੂਤ ਆਣਗੇ ਜਰੂਰ ਪੇਸ਼ ਕਰਾਂਗੇ ਵੀ ਆ ਬੰਦਾ ਇਹ ਠੀਕ ਹੈ ਇਕ ਜਵਿੰਦਰ ਨੇ ਵੀ ਇਹ ਗੱਲ ਕਹੀ ਹੈ ਵੀ ਉਹ ਗੁਰਦੁਆਰੇ ਜਾਣ ਦੇ ਲਈ ਤਿਆਰ ਹੈਗਾ ਜਾਂ ਫਿਰ ਅ ਅਮਰਜੀਤ ਸਿੰਘ ਸੰਧੋਵਾ ਗੁਰਦੁਆਰੇ ਜਾ ਕੇ ਕਹਿ ਦੇਣ ਪੈਸੇ ਨਹੀਂ ਲੇ ਕਿ ਇਹ ਕਿਉਂਕਿ ਵੈਸੇ ਤਾਂ ਜੇ ਕਾਨੂੰਨਨ ਤੌਰ ਤੇ ਦੇਖੀਏ ਸਬੂਤ ਮੰਗੇ ਜਾਂਦੇ ਨੇ ਪਰ ਗੱਲ ਗੁਰਦੁਆਰੇ ਦੀ ਧਾਰਮਿਕ ਰੰਗ ਦਿੱਤਾ ਜਾਂਦਾ ਜਿਹੜੇ ਗੁਰਦੁਆਰੇ 'ਚ ਜਵਿੰਦਰ ਕਹਿੰਦਾ ਮੈਂ ਉੱਥੇ ਹੁਣੇ ਚ ਉਦੀਪ ਬਾਇਓ ਟਿਕਲ ਲੈ ਕੇ ਆਏ ਅਜਵਿੰਦਰ ਤੁਹਾਡੇ ਕੋਲ ਬੈਠੇ ਆ ਅੱਜ ਇਹ ਕਹਿਦਾ ਵਾ ਆਖੇ ਮੀਰੇ ਜੀ ਕੇ ਅਮਰਜੀਤ ਨਵੇਂ ਤੇ ਪੈਸੇ ਨੇ ਮੈਂ ਉਸੇ ਗੁਰਦੁਆਰੇ ਦੀ ਕਸੋਂ ਹਾਂ ਬੱਚਿਆਂ ਨੂੰ ਲੈ ਕੇ ਚੜ ਜਾਵਾਂ ਜੇ ਜਵਿੰਦਰ ਦੇ ਪੈਸੇ ਮੰਗੇ ਹੋਵਾ ਮੈਂ ਜਵਿੰਦਰ ਦੇ ਪੈਸੇ ਲਾਏ ਹੋਵਾ ਠੀਕ ਹੈ ਨਹੀਂ ਉਹ ਆਪਣਾ ਗੋਲੀ ਮਾਰ ਲਵਾਂ ਝੂਠਾ ਨਹੀਂ ਚੀਮੇ ਦਾ ਵੀ ਚੀਮੇ ਵੀ ਗੋਲੀ ਮਾਰ ਲਵਾਂ ਜਿਹੜੀ ਦੀ ਸਪੋਰਟ ਕਰਦਾ ਜਿਹੜਾ ਹੋਰ ਕਰਦਾ ਉਹ ਵੀ ਮਾਰ ਲਵਾਂ ਨਹੀਂ ਮੈਂ ਮਾਰ ਲਾਂਗਾ ਜੇ ਮੈਂ ਪੈਸੇ ਲਵੇ ਜਵਿੰਦਰ ਤੇ ਠੀਕ ਹੈ ਤੇ ਗੱਲ ਹੁਣ ਜੇ ਗੱਲ ਕਰੀਏ ਦੂਜੀਆਂ ਵਿਰੋਧੀ ਧਿਰ ਦੀਆਂ ਜਾਂ ਫਿਰ ਆਪਣੀ ਹੀ ਕੁਝ ਪਾਰਟੀ ਦੇ ਕੁਝ ਬਾਗੀ ਨੇਤਾ ਦੀ ਗੱਲ ਕੀਤੀ ਜਾਵੇ ਡਾਕਟਰ ਗਾਂਧੀ ਦੀ ਤਾਂ ਉਹਨਾਂ ਨੇ ਕਿਹਾ ਵੀ ਚਲੋ ਜੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਇਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤੇ ਆਹ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਹਰ ਜਾਂਚ ਦਾ ਤਿਆਰ ਖੜਾ ਅਮਰਜੀਤ ਸਿੰਘ ਸੰਧੋਵਾ ਜੇ ਅਗਲਾ ਅਮਰਜੀਤ ਸਿੰਘ ਨਾਲ ਅਜਵਿੰਦਰ ਤੇ ਪੈਸੇ ਲਏ ਜਿਹੜਾ ਬੰਦਾ ਫੀਮ ਵੇਚਦਾ ਉਹਦਾ ਕੇਸ ਫੀਮ ਦਾ ਜਿਹੜਾ ਬੰਦਾ ਗੈਂਗਸਟਰ ਹੋਵਾ ਮੈਨੂੰ ਪੈਸੇ ਦੇ ਦੇਗਾ ਮੈਂ ਪੈਸੇ ਉਹਦੇ ਮੰਗਾਗਾ ਮੀਡੀਆ ਵਿੱਚ ਜਾ ਕੇ ਜੇ ਮੈਂ ਪੈਸੇ ਮੰਗਦਾ ਠੀਕ ਹੈ ਇਹ ਸੰਦੂਆ ਸਾਹਿਬ ਤੁਹਾਡੇ ਨਾਲ ਉਦੋਂ ਪੁਲਿਸ ਵਾਲੇ ਸੀਗੇ ਹਥਿਆਰ ਉਹਨਾਂ ਦੇ ਕੋਲ ਸੀ ਚਲਾਏ ਨਹੀਂ ਗਏ ਕਾਰਨ ਕੀ ਬਣਿਆ ਇਹਦੇ ਕੋਲ ਸਾਰਾ 2 ਨੰਬਰ ਦਾ ਅਸਲਾ ਹੈ ਹੁਣ ਵੀ ਤੁਸੀਂ ਦੱਸਦੇ ਆਂ ਇਹ ਇੱਥੇ ਬੈਠਾ ਚੰਡੀਗੜ੍ਹ ਦੇ ਲਾਗ ਪਾਸੇ ਸਾਰਾ ਅਸਲਾ 2 ਨੰਬਰ ਦਾ ਰੱਖਿਆ ਬਾਈ ਇਸ ਕਰਕੇ ਅਸੀਂ ਕਹਿੰਦੇ ਹਾਂ ਨਜਾਨੀ ਨਿਸ਼ਾਨਾ ਹੋ ਜਾਵੇ ਅਸੀਂ ਆਪਣਾ ਬਚਾਅ ਕਰਕੇ ਜੋ ਵੀ ਹੈ ਕਰਕੇ ਨੱਠਿਆ ਪਰ ਮੈਂ ਤੁਹਾਡੇ ਮੀਡੀਆ ਰਾਹੀਂ ਉਹਨੂੰ ਦੱਸਣਾ ਵੀ ਜਾਂਦਾ ਹੈ ਕਿ ਮੈਂ ਕਹਿੰਦਾ ਕੇਸ ਖਤਮ ਕਰ ਦੇ ਕੈਪਟਨ ਸਾਹਿਬੀ ਦਾ ਕੇਸ ਖਤਮ ਕਰ ਦੋ ਇਹਨੂੰ ਖੁੱਲੇ ਚਿਹਰੇ ਜੇ ਮੇਰਾ ਚੌਂਕ ਜਾ ਕੇ ਮੇਰੇ ਨਾਲ ਲੜ ਕੇ ਦੇਖ ਲਵਾ ਤੱਪਣ ਮਾਰ ਕੇ ਜਾਂ ਉਸੇ ਕੱਢ ਜਾ ਕੇ ਬਦਮਾਸ਼ਾਂ ਨਾਲ ਲੜਨਾ ਤਾਂ ਵੀ ਮੈਂ ਚੈਲੰਜ ਹੈ ਮੇਰਾ ਹੁਣ ਮੈਂ ਉਸ ਦਿਨ ਚੈਲੰਜ ਨਾਲ ਨਹੀਂ ਗਿਆ ਤਾਂ ਹੁਣ ਇਹਨੂੰ ਚੈਲੰਜ ਨਾਲ ਜਾਵਾਂਗਾ ਠੀਕ ਹੈ ਐਦਾਂ ਦੀ ਕੋਈ ਗੱਲ ਨਹੀਂ ਜੇ ਉਹਨਾਂ ਕੇਸ ਵੀ ਖਤਮ ਕਰਾਉਣਾ ਤਾਂ ਵੀ ਉੱਥੇ ਦੇਖ ਲਾ ਸਾਡੇ ਨਾਲ ਲੜ ਕੇ ਆ ਕੇ ਮੇਰੇ ਨਾਲ ਇਕੱਲੇ ਨਾਲ ਇਕੱਲੇ ਨਾਲ ਦੇਖ ਲਾ ਜਿੱਦਾਂ ਦਾ ਹੁਣ ਕਰਨਾ ਹੁਣ ਉਹਨਾਂ ਨਾਲ ਕਰਕੇ ਦੇਖ ਲਾ ਉਹਨੂੰ ਚੈਲੰਜ ਕਰਦਾ ਤੁਹਾਡੇ ਥਰੂ ਮੈਂ ਜੋ ਉਹਨਾਂ ਕਰ ਲਿਆ ਜੋ ਬਹੁਤ ਵਧੀਆ ਕਰਿਆ ਸਾਡੇ ਕਿਵੇਂ ਦੇ ਲੋਕ ਉਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਗੱਲਾਂ ਇਹ ਵੀ ਆ ਰਹੀਆਂ ਨੇ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਕਤਲ ਦੇ ਪਹਿਲੇ ਕੇਸ ਚੱਲ ਰਹੇ ਨੇ ਹੈ ਕੁਝ ਉਹਦੇ ਨਾਲ ਉਹੀ ਲੀਡਰ ਜੋੜੇ ਹੋਏ ਐ ਜਿਹੜੇ ਚਿੱਟਾ ਵੇਚਦੇ ਐ ਜਿਹੜੇ ਭੁੱਕੀ ਵੇਚਦੇ ਐ ਜਿਹੜੇ ਨਜਾਇਜ਼ ਕੰਮ ਕਰਦੇ ਉਹੀ ਲੀਡਰ ਜੋੜੇ ਹੋਏ ਠੀਕ ਹੈ ਹਾਂਜੀ ਚਲੋ ਇਹ ਸੰਨ ਅਮਰਜੀਤ ਸਿੰਘ ਸੰਧੋਆ ਵਿਧਾਇਕ ਰੋਪੜ ਤੋਂ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਵੀ ਇਲਜ਼ਾਮ ਲੱਗੇ ਲਗਦੇ ਆ ਉਹਨਾਂ ਦੇ ਉੱਤੇ ਲੱਗ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿਆ ਪਰ ਨਾਲ ਹੀ ਉਹਨਾਂ ਨੇ ਚੈਲੰਜ ਵੀ ਕੀਤਾ ਹੈ ਕਿ ਪ੍ਰੂਫ ਕਰਕੇ ਦਿਖਾ ਦੇਵੇ ਅਤੇ ਹਰ ਤਰ੍ਹਾਂ ਦੀ ਸੀਬੀਆਈ ਜਾਂਚ ਵੀ ਜੇਕਰ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਵੀ ਤਿਆਰ ਹੈ ਪਰ ਵੇਖਣਾ ਇਹ ਹੀ ਹੋਵੇਗਾ ਕਿ ਇਹ ਜਾਂਚ ਕਰਵਾਈ ਜਾਂਦੀ ਹੈ ਜਾਂ ਫਿਰ ਨਹੀਂ ਇਸ ਦੇ ਉੱਤੇ ਕੈਪਟਨ ਸਾਹਿਬ ਦਾ ਕੀ ਰਵੱਈਆ ਰਹਿੰਦਾ ਪੰਜਾਬ ਸਰਕਾਰ ਇਸ ਸਾਰੇ ਮਸਲੇ ਨੂੰ ਹੁਣ ਕਿਵੇਂ ਲੈਂਦੀ ਹੈ ਇਹ ਵੇਖਣਾ ਲਾਜ਼ਮੀ ਹੋਵੇਗਾ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਜਗਦੀਪ ਸਿੰਘ ਥੜੀ D5 ਚੈਨਲ ਪੰਜਾਬੀ ਚੰਡੀਗੜ੍ਹ